بسم الله الرحمن الرحيم. السلام عليكم. بعد پیغمبر تو سانیا کی میں تو سلام دا کل اپنے سے آلو مٹر تو میں بھی شک پہ آلو مٹر کو پسند نہیں آئے تھے نہیں چنگے لگے آلو مٹر کو نہیں چنگے لگے نہیں بو چنگے لگنے سے آج میں پالو کاندھی بھی سی پالو گوشت نا میں مائر سے پرمپر بھی آلو گوشت پسند رہا ہے اے پالو گوشت ਮੱਝਾਂ ਵੀ ਥੂਮ ਅਦਰਕ ਪਿਆਜ਼ ਸਬਜ਼ੀ ਕੀ ਨਾਲ ਬਹਿ ਗਿਆ ਨਾ ਇਹ ਗੱਸੀ ਨਾ ਲੈਣਾ ਗੋਸ਼ਤ ਆਏ ਗੱਸੀ ਨਾ ਜਿਹੜੇ ਕੱਟਣੇ ਵਾਲਾ ਪਾਲੂ ਸਾਲੂ ਹੈਗੀ ਜੇ ਮੈਂ ਕੱਤੀ ਕੱਤੀ ਕੀ ਸਾਂ ਪਿਆਜ਼ ਹਾਂਜੀ ਬਈ ਨਾ ਚਿੱਟਾ ਪਿਆਜ਼ ਹਾਂਜੀ ਬਣਿਆ ਉਹਨਾਂ ਦਾ ਮੈਂ ਰੱਖਿਆ ਅੱਧਾ ਬੈਗ ਸਰਦੀ ਗਾਵਾ ਛੱਡਿਆ ਚੋ ਹਾਂਜੀ ਬਣੀ ਦੀਆਂ ਦਾ ਕੱਲ੍ਹ ਹੀ ਅੱਧਾ ਉੱਥੋਂ ਆਉਣ ਦਾ ਜੀ ਬਣਾਈ ਬਿਆ ਦਾ ਅੱਜ ਨੂੰ ਡੋਲੀ ਦੀਆਂ ਤਾਂ ਬੈਗ ਅੱਧਾ ਬੈਗ ਸਾਂ ਲੱਭਾ ਕੋਈ ਜੀ ਤਾਂ ਫਿਰ ਦੁਆ ਸੋਆ ਪਿਆਜ਼ ਸਾਂ ਦਾ ਜਾਂ ਨਾ ਰੁਚਨਾ ਤੋਂ ਕੁੱਤ ਕੱਟੀ ਦੇ ਵਿੱਚ ਤੇ ਮੈਂ ਖਾਈ ਕਿੰਦਾ ਨਹੀਂ ਸਾ ਖਾਈ ਕਿੰਦਾ ਤਾਂ ਸਿਰ ਮੂੰਹ ਕੁੜੀ ਕੰਬੜੇ ਬਣਾਉਣੇ ਰਹੇ ਤੇ ਦਾਲ ਸੁਆ ਪਿਆਜ਼ ਆ ਲੋ ਲੱਗਦੇ ਤਾਂ ਅਸੀਂ ਨਾ ਉਹ ਜਿਹੜੇ ਦੋ ਬਿਆਹ ਤੋਂ ਸੁਆ ਪਿਆਜ਼ ਕਰੀ ਤਾਂ ਹਾਂਡੀ ਬਹਿ ਮੈਂ ਬਣੀ ਨਾ ਹੋਈ ਉਹ ਜਦੋਂ ਪਾਲੂ ਬਸ ਹਾਂਡੀ ਦਾ ਕਿ ਕਾਲਾ ਆ ਸੀਦਾ ਸੁਆ ਪਿਆਜ਼ ਬਣੀ ਹਾਂਡੀ ਜਦੋਂ ਕਾਲਾ ਜਾਈ ਜਨਾ ਨਹੀਂ ਆ ਨਹੀਂ ਲੱਗਣੀ ਤਾਂ ਦੁਆ ਪਿਆਜ਼ ਬਈ ਦਾ ਚਿੱਟਾ ਉਹ ਬਿਆਹ ਕੇ ਕੋਈ ਲਬਾਦ ਦਾ ਪਤਾ ਨਹੀਂ ਪੁੱਛਣੇ ਸਾ ਕਾਲਾ ਜਾ ਕੇ ਇਸ ਤਰ੍ਹਾਂ ਇਸਾ ਕਤਨੀ ਵਾਰੀ ਹੋਈ ਇਸ ਤਰ੍ਹਾਂ ਪੱਤੀ ਦਬਾ ਲੋੜ ਲੱਸਾ ਨਾ ਲਪਸੀ ਲੋੜੀ 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 ਤਾਂ ਮੁਝੇ ਸਮੇਂ ਸਮਾਂ ਕੀ ਗਾਉਂ ਸੀ ਲਬੀ ਜਸੀ ਸਤਾ ਪਤਾ ਲਾਉਣਾ ਤਾਂ ਹੁਣ ਵੀ ਜਗ੍ਹਾ ਲਈ ਗਿਆ ਤਾਂ ਪਿਆਜ਼ ਕੋਈ ਲੱਭਾ ਦਾ ਹੁਣ ਮੈਂ ਗੋਸ਼ਤ ਪਾਲੂ ਬਣਾ ਸਾਂ ਆਪਣੇ ਭੈਣਾਂ ਭਰਾ ਨਾਲ ਇਹ ਸ਼ੇਅਰ ਕਰੀ ਖੇਤਾਂ ਪਾਲੂ ਰੱਖੀ ਜਾ ਗੋਸ਼ਤ ਚਾਲੀ ਕੇ ਜਾ ਮੈਂ ਪਾਲੂ ਸ਼ਾਲੂ ਧੋਈ ਨਾ ਕੱਟੀ ਛੱਟੀ ਤੇ ਬਸ ਆਉਂ ਵਿੱਚ ਤੋਂ ਫਿਰ ਸੁਣਾ ਇਹ ਮੈਂ ਸ਼ੇਅਰ ਕਰਸਾਂ ਹਾਂਜੀ ਬਈ ਨਾ ਸਾਂ ਪਾਲੂ ਕੋਈ ਤਾਂ ਬੰਦਾ ਕੋਈ ਨਾ ਆਲੂ ਮਟਰ ਤੋਂ ਸਭ ਤੋਂ ਰਸਾ ਕੋਈ ਪਸੰਦ ਆਏ ਮਾਈ ਜੀ ਤੀ ਵੀ ਨਾ ਇਹਨਾਂ ਕੀ ਬਹੁਤ ਪਸੰਦ ਆਇਆ ਆਟਾ ਕੋਈ ਰੱਖਿਆ ਤਾਂ ਕਹਿੰਦੇ ਤਾਜ਼ਾ ਆਟਾ ਗੁੰਨੀ ਨਾ ਚਮਕੂ ਨਾ ਤਾਂ ਪਹਿਲਾਂ ਥੋੜ੍ਹਾ ਸੇੜਿਆ ਨਾ ਤਾਂ ਸੇੜੀ ਨਾ ਤਾਂ ਥੋੜ੍ਹਾ ਮਿਕਸ ਕਰਨਾ ਪਹਿਲਾਂ ਦਿੱਤਾ ਬਿੱਬੂ ਚੱਲ ਸੀ ਗੁੰਨੀ ਕਹਿੰਦੇ ਗੁੰਨਾ ਨਾ ਬੂਸਾ ਚੱਲ ਗੁੰਨੇ ਦਾ ਥੋੜ੍ਹਾ ਰਸ ਇੰਨਾ ਥੋੜ੍ਹਾ ਸੇੜੀ ਤਾਂ ਸੇੜੀ ਤਾਂ ਰੱਖੀ ਜਾ ਤਾਂ ਮੁੱਕੀ ਲਈ ਨਾ ਇਤਨਾ ਸੋਹਣਾ ਹੋਏਗਾ ਇਸ ਦਾ ਦਰ ਵੀ ਮੁੱਕੀ ਲਾਉਣ ਤਾਂ ਮਿੱਟੀਆਂ ਇਤਨੀਆਂ ਸੋਹਣੀਆਂ ਪੱਲੀਆਂ ਪੱਕਣੀਆਂ ਨਾ ਲਸ ਲਸ ਕਰਨੀਆਂ ਹੋਣਗੀਆਂ ਅਜੇ ਅੱਜ ਕੱਲ੍ਹ ਬੰਦੀ ਥੇ ਰਾਤ ਨੇ ਆਲੂ ਮਟਰ ਸੇ ਨਾ ਸਾਰੇ ਪਸੰਦ ਆਏ ਤਾਂ ਆਲੂ ਮਟਰ ਕਾ ਸਾ ਨੀ ਨਾ ਆਈ ਗਈ ਕੰਮੇ ਤੋਂ ਇੱਛੀ ਤਾਂ ਆਪਣੇ ਆਪ ਕਿਸਨੇ ਇੱਛੀ ਆਲੂ ਮਟਰ ਥੇ ਮੈਂ ਥੇ ਰੋਟੀਆਂ ਦੋ ਬਾਈ ਕਿਨੀ ਗਈ ਰਾਮ ਨਾਲ ਬੇਖ ਖਾਈ ਸੁੱਤੀ ਇਹ ਕੁਛ ਨੀ ਕਿਸਨੇ ਕਿਆ ਬਣਤਾ ਜੇ ਕੋਈ ਪਸੰਦ ਆ ਚੀਜ਼ ਹੋਵੇ ਜਾਈਏ ਭੁਲੇਟੀ ਨਹੀਂ ਅਮੀ ਭੁੱਖੇ ਕੋਈ ਨੀ ਅਮੀ ਭੁੱਖੇ ਕੋਈ ਨੀ ਤਾਂ ਇਹ ਅੰਡੀ ਆ ਭਾਈ ਗੱਡੀ ਇੱਥੇ ਆਪੋ ਇਸ ਗੱਲੇ ਰੱਖਿਆ ਸਾ ਨਾਲੋਂ ਨਾਲ ਆਟਾ ਖਟਾ ਗੁੰਨੀ ਪਾਲੀ ਪਿਆਲੀ ਨਾ ਡੱਬੇ ਲਈ ਜਾ ਸਾਨੇ ਨਾਲ ਨਾਲ ਖਾਣੇ ਚਲੀ ਤੇ ਪਿੱਛਾ ਮੈਂ ਰਹੀ ਜਾ ਸਾ ਫਿਰ ਮੈਂ ਸੁਣੀ ਜਾਵਾਂ ਆਲੂ ਗੋਈ ਸਾ ਪਾਲੀ ਟੇਸ ਕੇ ਤਾਂ ਦੱਸੋ ਜੀ ਕਿੰਜ ਬੰਦੇ ਗੋਸ਼ਤ ਉੱਤਰੋਂ ਸਮਾਂ ਗਲੀ ਗਿਆ ਭੁੱਜੀ ਗਿਆ ਇਹ ਤਾਂ ਕਹਾਂ ਨਲਕੀ ਵਾਲਾ ਗੋਸ਼ਤ ਨਾ ਲੈਮ ਨਹੀਂ ਝੋੜੀ ਹੈ ਉੱਤਰੋਂ ਸਮਾਂ ਬੰਦਾ ਗਲਿਆ ਹੁਣ ਅਸੀਂ ਪਜਾਮਾ ਪਾਉਣੀ ਸੀ ਪਾਲੂ ਬਈ ਖਸਮਾਂ ਝੋੜੀ ਦੀ ਗੋਸ਼ਤ ਵਾਲਾ ਬੂਸ ਨਾ ਪਜਾਮੇ ਉੱਤੇ ਕੈਮਰਾ ਪਾਲੂ ਮਾਰਿਆ ਪਤਾ ਲਈ ਗਈ ਗਰੀਸ ਕੀ ਤਾਂ ਹਾਂਜੀ ਨਹੀਂ ਤਾਂ ਥੋੜ੍ਹਾ ਜਿਹਾ ਤੁੰਦਲਾ ਜਾਈ ਗਿਆ ਸਾਂ ਉੱਥੋਂ ਕੱਚੀ ਗਿਆ ਸਮਝੇ ਕੱਟ ਲਈ ਤਾਂ ਹੁਣ ਅਸੀਂ ਪਾਲੂ ਬਸ ਭੁੱਜੀ ਗਿਆ ਬੁਸਵਾ ਗਲੀ ਬੁਸਵਾ ਗਿਆ
ਪਾਲਕ ਬਾਈ ਨਾਲ ਗੋਸ਼ਤਾ ਮਿਕਸ ਕਰੀ ਫਿਰ ਜੀ। ਤਾਂ ਇਸ ਕੇ ਹੁਣ ਥੋੜ੍ਹੀ ਜਿਹੀ ਅੱਗ ਇਸ ਨਾਲ ਰੱਖੀ ਸਾਂ, ਆਪਣਾ ਪਾਣੀ ਛੁੱਟ ਸੀ ਨਾ ਬੜੀ, ਉਹ ਪਾਣੀ ਸੁੱਕੀ ਜਾ ਤਾਂ ਅੱਗ ਕਰਸਾਂ ਥੋੜ੍ਹੀ, ਜੇ ਪਾਲਕ ਬੂਮ ਬਲ ਦਲ ਨਾ ਹੋਇਆ ਕਾਲੀ ਸ਼ਾਹ ਫਿਰ, ਜਾਂ ਸਬੂਲਤੀ ਗਿਰਿਆ ਸੀ ਤਾਂ ਪੱਕੀ ਵੀ ਜਾ ਸੀ ਬੂਸਾਂ ਨੀ, ਪਾਣੀ ਵਿੱਚੋਂ ਸੁੱਕੀ ਜਾ ਸੀ ਨਾਈਸ ਹੋਈ ਜਾਸੀ, ਜੇ ਬੂਮ ਮਲੇ ਨਾ ਨਾ ਹੋਇਆ ਫਿਰ ਬੂਮ ਮਲਕਿਆ ਮੇਟ ਹੋਈ ਜਾਣੀਆਂ ਤਾਂ ਉਹ ਨਾਈਸ ਨਹੀਂ ਲੱਗਣੀ, ਖਾਣਾ ਟੇਸਟ ਨਹੀਂ ਆਉਣੀ। ਪਾਲਕ ਗੋਹੇ ਸੂਰੇ ਜੀ ਕੇ ਤਿਆਰ ਹੋ ਗਏ, ਹੁਣ ਚਿੰਨਾ ਛੋ ਚਾਵਲ ਗੈਸ ਆਉਣ ਲੀਆਂ। ਪਾਲਕ ਬਈ ਨਾ ਤਾਂ ਬੁਝਾ ਅੱਗ ਥੋੜ੍ਹੀ ਕਈ ਦੇਰ ਰੱਖੀ, ਅਸਾਂ ਖਾਸ ਕੀ ਮੈਨੂੰ ਲਿਆ ਕੋਈ ਨਹੀਂ ਮੈਨੂੰ ਇਹ, ਹੁਣ ਅਸੀਂ ਪਾਣੀ ਵਿੱਚ ਪਲਕਾਂ ਸੁੱਕੀ ਕਰਨਾ ਤਾਂ ਗੋਸਾ ਨਹੀਂ ਮਰੀ, ਮਰੀ ਮੰਗ ਛੱਲ ਨਹੀਂ ਗਈ ਤਾਂ ਮਰੀ ਹੈ, ਤਾਂ ਹੁਣ ਅਸੀਂ ਚੁੱਲ੍ਹਾ ਬੰਦ ਕਰਤਾ ਤਾਂ ਖਾਲੀ ਬਸ ਉਹ ਜੀਰਾ ਹੋਰ ਮਸਾਲੇ ਸਿੱਧਾ ਕੀ ਚਾਵਲ ਜੀਰਾ ਬਹਿ ਗਿਆ, ਤਾਂ ਫਿਰ ਥੋੜ੍ਹੀ ਜਿਹੀ ਮੈਂ ਰੈਸ ਦੇਸਾਂ ਯਾਦੀ ਪਰ ਬਣਾਈ ਦਾ ਥੋੜ੍ਹੀ ਜਿਹੀ ਥੋੜ੍ਹੀ ਦੇਰ ਚੀ ਰਹਿਣਾ ਫਿਰ ਉਸ ਟੇਸਟ ਸਹੀ ਹੋ ਜਾਏਗਾ, ਤਾਜ਼ੀ ਤਾਜ਼ੀ ਖਾਓ ਫਿਰ ਨਹੀਂ, ਉਹ 5-6 ਮਿੰਟ ਰੱਖਦਾ 10 ਮਿੰਟ ਫਿਰ ਉਸ ਬਾਅਦ ਇਸ ਕੀ ਮੈਂ ਖਾਸਾਂ ਤਾਂ ਫਿਰ ਤੁਸੀਂ ਮੈਂ ਦੱਸਾਂ ਰੋਟੀ ਕਹੀ ਤਾਂ ਰੱਖੀ ਪਹਿਲੋਂ ਨਾ ਨਹੀਂ ਰੱਖੀ ਨਾ ਰੋਟੀ ਕਹੀ ਸੀ ਉਹ ਸਾਰੇ ਖਾਈ ਗਏ, ਉਹ ਫਿਰ ਨਹੀਂ ਅਸੀਂ ਖਾਧੀਆਂ ਨਹੀਂ ਤਾਂ ਦੇਖ ਪਲੇਟ ਹੋ ਜਾਏਗੀ ਅਸੀਂ ਹੋਰ ਮੇਰੇ ਨਾਲ ਲੱਤ ਤਈ ਖੇਡਦਾ ਫਿਰ ਮੈਂ ਬਿਜੀ ਜਾ ਸੱਟੇ ਮੇਰੇ ਨਾਲ ਖਾਲੀ ਖਾਣੇ ਲਈ ਮੈਂ ਖਾਸਾ ਨਜ਼ਰ ਦੀ ਬੋਟੀ ਚੰਗੀ ਲੱਗ ਰਹੀ ਹੁਣ ਗਵੀ ਕੀ ਕੀਤਾ ਸੀਗਾ ਬਹੁਤ ਸੋਹਣੀ ਹੁਣ ਜੇ ਹੋਰ ਮਾੜਾ ਕੋਲ ਪਹਿਲਾਂ ਵਾਲਾ ਬਾਣ ਤੁਸਾਂ ਨੇ ਮੂੰਹ ਚੋਂ ਦੁਆ ਬਾਣਾ ਆਪਣੇ ਮੂੰਹ ਚੋਂ ਫਿਰ ਅਸੀਂ ਪਤਾ ਲੱਗਾ ਵਾਕਿਆ ਇਹ ਬਹੁਤ ਸੋਹਣੀ ਬੰਤੀ ਸੀ ਕਹਿੰਦੇ ਸੀ ਬੰਤੀ ਵੀ ਹੁਣ ਜਿਹੜੇ ਜਿੰਨਾ ਕਿ ਪਾਲੂ ਗੋਹੇ ਪਸੰਦ ਆ ਨਾ ਉਹਨਾਂ ਕੀ ਮਾਸ਼ਾਅੱਲਾ ਚੰਗੀ ਲੱਗਸੀ ਅਤੇ ਹੁਣ ਮਾੜਾ ਕੋਲ ਜੇ ਪਹਿਲਾਂ ਵਾਲਾ ਮੈਂ ਦੱਸੋ ਕਿ ਦਿਆਂ ਤਾਂ ਫਿਰ ਮੈਂ ਆਪ ਖਾਣ ਫਿਰ ਅਸੀਂ ਪਤਾ ਲੱਗਾ ਜੇ ਸੋਹਣੀ ਹੈ ਜਾਂ ਨਹੀਂ ਤੂੰ ਮੈਂ ਟੇਸਟ ਕਰੇ ਦੱਸੋ ਕਿ ਦੱਸੋ ਲਈ ਆ ਬੈਰੀ ਸ਼ੁਰੂ ਨਾ ਸਹੀ ਟੇਸਟ ਕਰਦਾ ਬਣਾਉਣਾ ਸਟੈਪ
ਮੂੰਹ ਬਹੁਤ ਸਾਰਾ ਕਹਿਣ ਤੇ ਸੋਨਾ ਮੂੰਹ ਬਹੁਤ ਸਾਡਾ ਹਾਂ ਬਹੁਤ ਸਾਰੀ ਬੱਦੀ ਗਿਆ ਫਿਰ ਸਹੀ ਪਤਾ ਨਹੀਂ ਸਹੀ ਚੇਜ ਲਈ ਢਾਲੀ ਚ ਬਣੋ ਸਹੀ ਚੇਜ ਜਾ ਰਹੀ ਪਤਾ ਵਾ ਸਾਨੂੰ ਕਦੇ ਬੰਦਾ ਵਾ ਬਹੁਤ ਸਾਰਾ ਬੰਦਾ ਸਾਨੂੰ ਨੂੰ ਬਹੁਤ ਸਾਰਾ ਬੰਦਾ ਵਾ ਬਹੁਤ ਸਾਰਾ ਬੰਦਾ ਵਾ ਬਸ ਉਹ ਮੈਂ ਜਦੋਂ ਜੇ ਪਾਲੂ ਤਾਂ ਗੋਸ਼ ਗੁਸ਼ ਤੁਸੀਂ ਪਸੰਦ ਹੈ ਲੈ ਲੂੰ ਚੋਰੀ ਪਾਲੂ ਬਹੁਤ ਮਜ਼ੇ ਨਹੀਂ ਬਣਤੀ ਇਹਦੇ ਕੋਲ ਇਤਨੀ ਸੋਹਣੀ ਬਣਤੀ ਵੀ ਨਾ ਇਹ ਪਾਲੂ ਬਾਈ ਨਾ ਤਾਂ ਮੈਂ ਮਲੂ ਹੀ ਆਈਆਂ ਕਦੇ ਮਲੀ ਨਹੀਂ ਅੱਗ ਥੋੜ੍ਹੀ ਕਦੀ ਖੜੀ ਤਾਂ ਉੱਥੇ ਪਾਣੀ ਛੋੜਿਆ ਵੀ ਗਿਆ ਸਮਝ ਉੱਥੇ ਪਾਣੀ ਸੁੱਕੀ ਵੀ ਗਿਆ ਉੱਥੇ ਗੁਸ਼ਤਰਾ ਪੁੱਜੀ ਗਈ ਤਾਂ ਇਤਨੀ ਮਜ਼ੇ ਨਹੀਂ ਬਣਤੀ ਵੀ ਨਾ ਜਿਸਨੂੰ ਕੋਈ ਹਿਸਾਬ ਨਹੀਂ ਤਾਂ ਉਹ ਮੈਂ ਕਿਹਾ ਭੈਣਾਂ ਸਾਰੀਆਂ ਨਹੀਂ ਪੁਰਾਣਾ ਨਹੀਂ ਥੈਂਕ ਯੂ ਬੂ ਬੂ ਜਿਹੜੇ ਵੀਡੀਓ ਤੱਕਦੇ ਹੋ ਤਾਂ ਕਮੈਂਟ ਕਰਦੇ ਹੋ ਜਿਹਨੇ ਜਿਹਨਾਂ ਮਾਰੀ ਦੋ ਭੈਣਾਂ ਫੋਨ ਕਰੇ ਤਾਂ ਮਾਰ ਦਿੱਤੀ ਉਹਨਾਂ ਲਈ ਬੂ ਬੂ ਥੈਂਕ ਯੂ ਜਿਹਨਾਂ ਜਿਹਨਾਂ ਸਬਸਕ੍ਰਾਈਬ ਕੀਤਾ ਉਹਨਾਂ ਲਈ ਬੂ ਬੂ ਥੈਂਕ ਯੂ ਦਿਲੋਂ ਹੋਈ ਦੱਸੋ ਸ਼ੁਕਰੀਆ ਅਦਾ ਕਰਨੀ ਆ ਅਤੇ ਦਿਲੋਂ ਹੋਈ ਨਾ ਦੱਸੋ ਕਿ ਦੁਆ ਵੀ ਦੇਣੀ ਆ ਦਿਲੋਂ ਹੋਈ ਤਾਂ ਦੱਸੋ ਕਿ ਬੂ ਸਕਾ ਦਵਾਈ ਦੇਣੀ ਆ ਉਸ ਬੂਸਾ ਮੇਰੀ ਜਿੱਦਾਂ ਕਰ ਪਾਉਣ ਵੀਡੀਓ ਮਾਰੀ ਜੇ ਮੈਂ ਵੀਡੀਓ ਲੜੀ ਉਹ ਵੀ ਪਤਾ ਲਾ ਭਾਜੇ ਤੁਹਾਡੇ ਵੀਡੀਓ ਲੜੇ ਤਾਂ ਘਬਰਾ ਲੜਿਆ ਵਾ ਮਲੋ ਵੀਡੀਓ ਲਾ ਕੇ ਚੰਬਰ ਕਰਦਾ ਰੱਖੀ ਜਾਂਦਾ ਕਾ ਜਿਹਾ ਵੀਡੀਓ ਲਿਆ ਸੀ ਹੁਣ ਵੀਡੀਓ ਲੈਣ ਕਰਦੀ ਕਰਦੀ ਕਾ ਜਿਹਾ ਵੀਡੀਓ ਲਿਆ ਸੀ ਤਾਂ ਬੜੀ ਵੀਡੀਓ ਲਾੜਿਆ ਕਰਦਾ ਜਾਣ ਤਾਂ ਬੜੀ ਸਾਰਾ ਨਾਟ ਖਰਾਬ ਹੋਈ ਗਿਆ ਵੀ ਲੇਟ ਹੋਏ ਸੀ ਇੱਥੇ ਵੀ ਤਾਂ ਮੈਂ ਤਾਂ ਕੋਸ਼ਿਸ਼ ਕਰਦਾ ਜੇ ਪਾਉਂਦੇ ਜੇ ਲਏ ਤਾਂ ਤੱਕੜੀ ਨਹੀਂ ਪਾਉਂਦਾ ਤੱਕੀ ਨਾ ਚਾਹੀਦਾ ਕੋਈ ਗਲਤ ਲਗਾ ਵਾਈ ਤੂੰ ਤੂੰ ਮੇਰੀ ਅੱਜ ਡਿਲੀਟ ਕਰ ਮੁਝੇ ਲਾਭ ਤੂੰ ਗਲਤ ਦੇਖ ਰਹੀ ਲੇਟ ਹੋਏ ਸੀ ਇੱਥੇ ਵੀ ਤਾਂ ਬੜੀ ਨਾਟ ਖਰਾਬ ਆਫਤਾ ਤਾਂ ਲੇਟ ਹੀ ਸਹੀ ਗਿਆ ਜਾਂ ਇਕੱਲਿਆਂ ਲੱਗਿਆ ਜਾਂ ਤਾਂ ਹੁਣ ਤੱਕੀ ਵੀਡੀਓ ਅੱਠ ਵਜੇ ਵੀ ਨਾਟ ਠੀਕ ਹੋਇਆ ਤੱਕੀ ਮੈਂ ਤਾਂ ਉਹ ਤਰੇ ਚਾਰ ਵਾਰੀ ਬੜੀ ਉੱਥੋਂ ਲੱਗੀ ਵੀ ਉੱਡੀ ਗਿਆ ਉੱਥੇ ਉੱਡੀ ਭੈਣ ਲੱਗੀ ਵੀ ਜੜਿਆ ਪਲੇਸ ਸੀ ਸੋ ਬਾਅਦ ਹੀ ਲੱਗੀ ਵੀ ਲੜਿਆ ਮਲਕ ਚੁੰਬਰ ਕਦੀ ਛੱਡਾ ਤਾਂ ਥੈਂਕ ਯੂ ਭੈਣਾਂ ਭਰਾ ਜੇ ਤੱਕੜੇ ਤਾਂ ਬੜੀ ਬਣੇ ਨਹੀਂ ਜਿੱਥੋਂ ਗਲਤ ਨਹੀਂ ਇਸਦੀ ਤਾਂ ਥੈਂਕ ਯੂ ਸੁਣੀ ਇਹ ਵੀ ਸੀ ਲੱਗ ਨਹੀਂ ਉਹ ਸਾਰੇ ਗੱਲਾਂ ਤਾਲਾ ਖੁਸ਼ ਪਾਸ਼ ਰੱਖਿਆ ਤਾਂ ਕਿਸੇ ਉੱਥੇ ਭੁੱਲ ਦਾਬੇ ਰੱਖੋ ਤਾਂ ਅੱਲਾ ਸੁਣਨ ਵਾਲਾ ਹੈ ਜਿੱਥੇ ਜਿੱਥੇ ਅੱਲਾ ਤਾਲਾ ਖੁਸ਼ ਰੱਖਿਆ ਦੇ ਅੱਲਾ ਤਾਲਾ ਕਮਯਾਬੀਆਂ ਦੇ ਦੇ ਅੱਲਾ ਤਾਲਾ ਸਿਹਤ ਜ਼ਿੰਦਗੀ ਦੇ ਦੇ ਤਾਂ ਅੱਲਾ ਤਾਲਾ ਸੋ ਕਰੇ ਖੁਸ਼ੀਆਂ ਖੁਸ਼ੀਆਂ ਰੱਖਿਆ ਅੱਲਾ ਤਾਲਾ ਆਹ ਕੰਮੇ ਕਮਯਾਬੀ ਦੇ ਦੇ ਤਾਂ ਅੱਲਾ ਸੁਣਨ ਵਾਲਾ ਤਾਂ ਪਾਲੂ ਗੋਸ਼ ਬੰਦੇ ਹੋਏ ਬਹੁਤ ਸੋਹਣੇ ਜਿਹੀ ਖੜੇ ਦੇ ਲਾਵਾ ਝੁਕੋ ਜ਼ਰੂਰ ਬਿਆ ਜੇ ਪਾਲੂ ਗੋਸ਼ ਕੁਛ ਕੀ ਪਸੰਦ ਹੈ ਤਾਂ ਕੁਛ ਕੀ ਨਹੀਂ ਪਸੰਦ ਹੋ ਤਾਂ ਮਾੜੇ ਆਲੂ ਮਟਰ ਬਣਦੇ ਸੀ ਕਸਮੇ ਮੈਂ ਬਣ ਕੇ ਕੱਲ੍ਹ ਬਣਾਏ ਸੀ ਨਾ ਅਜੇ ਇਹ ਹੱਡੀ ਬਣਾਉਣੀ ਸੀ ਐਂ ਨਹੀਂ ਮੈਂ ਜਾਣਾ ਇਹ ਥੋੜ੍ਹਾ ਜਿਹਾ ਕੀ ਫਰਕ ਸਾ ਗਏ ਕਿਤਨੇ ਗਈ ਤਾਂ ਆਲੂ ਮਟਰ ਰੋਟੀ ਪਕਾਈ ਦਿਓ ਖਾਸਾ ਪਕਾਈ ਦਿਓ ਪਕਾਣੀ ਗਈ ਨਾ ਖਾਈ ਬੇਲੇ ਖਾਧੀ ਇੱਕ ਮੈਂ ਰਹੀ ਗਈਆਂ ਉਹ ਨਾ ਪਕਾਣੀ ਗਈਆਂ ਨਾ ਹੰਡੀ ਭੰਡੀ ਦੀ ਗਿਆ ਨਾਲ ਭੰਡੇ ਸਾਡੇ ਤਰੀਦ ਬੇਲੀ ਗਈਆਂ ਖਾਲੀ ਹੁਣ ਇੱਕ ਪਲੇਟ ਤੋਂ ਸਾਂ ਤਾਂ ਇੱਕ ਹੰਡੀ ਆ ਕਿਸੇ ਵਿਆਹ ਸਾਫ ਕਰ ਸਾਂ ਤਾਂ ਅੱਲਾ ਸੁਣਨ ਵਾਲਾ ਅੱਲਾ ਸਾਰੇ ਖਰੀ ਰੱਖੇ।